स्वागत है दोस्तों तुहाडा अपने यूट्यूब चैनल झाट एग्रीकल्चर दे। दोस्तों अज दा ब्लॉग अपना बरकाई सार को चरी ते होण वाला है, जिन्होंने मेरे वीरां ने सैलज पाउणा है ना, पशुओं के लिए सैलज पाया जाता है, वह चरी के उपर जो सैलज है वो अज की वीडियो बनावे। उम्मीद करते हैं तुम सारे ने कणक वढ़ लिया हो कम चलता होगा, सारे कणक वधिया ही निकल रही होगी। तो जो सब तो ज़्यादा एक्टिव टॉप का झाड़ रह रहा वह कणक 303 नंबर का रह रहा, 187 कणक भी बहुत वधिया, 303 बैटर है। दोस्तों कणक तो बाद जिन्हें भी किसान भरावान ने मक्की की ब्यौतबंदी करी आ, झोने तो पहला कणक तो बाद असी एक तीजी फसल मक्की की कर लाँगे, ब्यौतबंदी चंगी आ, पर की तुसी सोचा भी मक्की जां होर जिहड़े फसलां ने खेत विचों किन्नी जान लैके जांदियां ने, खेत की जिहड़ी शक्ति आ मक्की बहुत ज़्यादा लै जांदी आ। ਤੇ ਤੁਸੀਂ ਕਈ ਵਾਰੀ ਤਿੰਨ ਫਸਲਾਂ ਕੱਢਦੇ ਕੱਢਦੇ ਜਿਹੜੀ ਅਗਲੇ ਝੋਨੇ ਦੀ ਫਸਲ ਹੁੰਦੀ ਆ ਉਹ ਵੀ ਖਰਾਬ ਕਰ ਲੈਂਦੇ ਹੋ, ਝੋਨਾ ਵੀ ਤੁਹਾਡਾ ਸਹੀ ਤਰੀਕੇ ਨਾਲ ਤੁਰ ਨਹੀਂ ਪਾਉਂਦਾ। ਇਸ ਕਰਕੇ ਜੇਕਰ ਆਪਾਂ ਨੇ ਇੱਕ ਪ੍ਰੋਫਿਟ ਦੇ ਲਈ ਤੀਜੀ ਫਸਲ ਕਰਨੀ ਆ ਤਾਂ ਤੁਸੀਂ ਸਿਰਫ ਮੂੰਗ ਦੀ ਕਰੋ। ਮੇਰੀ ਤਾਂ ਸਲਾਹ ਤੁਹਾਨੂੰ ਇਹੀ ਆ ਵੀ ਤੁਸੀਂ ਮੂੰਗੀ ਦੀ ਫਸਲ ਹੀ ਕਰੋ, ਕਿਉਂਕਿ ਉਹ 2 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੀ ਆ ਤੇ ਬੈੱਡਾਂ ਦੇ ਉੱਪਰ ਜੇ ਆਪਾਂ ਉਹਨੂੰ ਰੋਮੈਂਟਿਕ ਪਲਾਂਟਰ ਨਾਲ ਬੀਜਾਂਗੇ ਤੁਹਾਡੀ ਜ਼ਮੀਨ ਵੀ ਸੰਜਮੀ ਰਹੇਗੀ। ਨਹੀਂ ਇੰਨਾ ਲਾਲਚ ਨਾ ਕੀਤਾ ਜਾਵੇ, ਖੇਤ ਨੂੰ ਖਾਲੀ ਹੀ ਛੱਡ ਲਿਆ ਜਾਵੇ 2 ਮਹੀਨੇ। ਤੇ ਜੇ ਜਿੱਥੇ ਤੱਕ ਰਹੀ ਗੱਲ ਸੈਲਜ ਦੀ, ਸੈਲਜ ਹੁਣ ਜਿਹੜੇ ਕਿਸਾਨ ਭਰਾਵਾਂ ਦੇ ਛੋਟੇ ਫਾਰਮਰ ਨੇ 4 ਜਾਂ 5 ਪਸ਼ੂ ਰੱਖੇ ਹੋਏ ਨੇ, ਹੈ ਨਾ, 4-5 ਪਸ਼ੂਆਂ ਦੇ ਲਈ ਤੁਹਾਨੂੰ 2 ਜਾਂ 2.5 ਏਕੜ ਦਾ ਸੈਲਜ ਬਹੁਤ ਹੁੰਦਾ ਹੈ, 2 ਏਕੜ ਦਾ ਸੈਲਜ ਬਹੁਤ ਆ 4 ਪਸ਼ੂਆਂ ਦੇ ਲਈ। ਅਤੇ ਤੁਸੀਂ ਸੈਲਜ ਜ਼ਰੂਰ ਪਾਓ, ਸੈਲਜ ਨਾਲ ਹੀ ਜਿਹੜੇ ਪਸ਼ੂ ਧੰਦਾ ਉਹ ਤੁਸੀਂ ਇੱਕ ਸਹੀ ਤਰੀਕੇ ਨਾਲ ਅੱਗੇ ਚਲਾ ਸਕਦੇ ਹੋ। ਨਹੀਂ ਅੱਜ ਦੇ ਸਮੇਂ ਵਿੱਚ ਤਾਂ ਪਸ਼ੂ ਹਰੇਕ ਕੋਈ ਰੱਖਣਾ ਬੰਦ ਕਰੀ ਜਾ ਰਿਹਾ, ਕੋਈ ਪਸ਼ੂ ਰੱਖ ਕੇ ਰਾਜ਼ੀ ਨਹੀਂ ਹੈਗਾ, ਕਿਉਂਕਿ ਪਸ਼ੂਆਂ ਦੀ ਖੇਚਲ ਬਹੁਤ ਜ਼ਿਆਦਾ ਵੱਧ ਗਈ ਆ। ਜਿਹੜਾ ਕਿ ਆਪਾਂ ਹਰਾ ਚਾਰਾ ਬੀਜਦੇ ਹਾਂ ਉਹ ਜਦੋਂ ਆਪਾਂ ਵੱਢਦੇ ਹਾਂ ਜਾਂ ਤਾਂ ਆਪਾਂ ਬਹੁਤ ਘੱਟ ਸਮੇਂ ਵਿੱਚ ਵੱਢ ਲੈਂਦੇ ਹਾਂ ਜਾਂ ਜ਼ਿਆਦਾ ਪਕਾ ਲੈਂਦੇ ਹਾਂ, ਆਪਾਂ ਸਹੀ ਸਟੇਜ ਦਾ ਕਦੇ ਵੀ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਖਵਾ ਸਕਦੇ, ਜਿਸ ਕਰਕੇ ਆਪਣੇ ਪਸ਼ੂ ਸਹੀ ਦੁੱਧ ਨਹੀਂ ਦਿੰਦੇ ਹੈਗੇ। ਅਤੇ ਜਿਹੜਾ ਸੈਲਜ ਦਾ ਕੰਮ ਆ ਉਹ 80 ਤੋਂ 85 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਆ, ਉਹ ਇੱਕੋ ਸਮੇਂ ਵੱਢ ਕੇ ਸਟੋਰ ਕਰ ਲਿਆ ਜਾਂਦਾ ਆ, ਜਿਸ ਕਰਕੇ ਸੈਲਜ ਦੇ ਰਿਜ਼ਲਟ ਵਧੇਰੇ ਮਿਲਦੇ ਨੇ। ਦੋਸਤੋ ਜਿੱਥੇ ਰਹੀ ਮੱਕੀ ਦੇ ਚਾਰ ਦੀ ਗੱਲ, ਮੈਂ ਤੁਹਾਨੂੰ ਲਿੰਕ ਪਾ ਦੇਵਾਂਗਾ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਉੱਥੋਂ ਚੈੱਕ ਕਰ ਲੈਣਾ। ਅਤੇ ਆਪਾਂ ਪਹਿਲਾ ਵਲੌਗ ਪਾਇਆ ਉਹਦੇ 'ਤੇ ਸਾਰਾ ਖਰਚਾ ਦਿੱਤਾ ਹੋਇਆ ਵੀ ਮੱਕੀ 'ਤੇ 15,000 ਰੁਪਏ ਏਕੜ ਦਾ ਖਰਚਾ ਆ ਜਾਂਦਾ ਆ, ਬੀਜ 'ਤੇ ਹੀ 8,500 ਰੁਪਏ 9,000 ਰੁਪਏ ਤਾਂ ਬੀਜਣ 'ਤੇ ਹੀ ਖਰਚਾ ਜਾਂਦਾ ਆ। ਅਤੇ ਆਪਾਂ ਪਿਛਲੇ ਸਾਲ ਬਰਗਾਈ ਸਾਰ ਕੋ ਚਰੀ ਦਾ ਐਡਵਾਂਟੇਜ ਦਾ ਆਪਾਂ ਨੇ ਪਾਇਆ ਸੀ ਸੈਲਜ, ਅਤੇ ਉਹ 2 ਕਿੱਲਿਆਂ ਦਾ ਪਾਏ ਸੀ, ਅਤੇ ਸਾਰੀ ਵੀਡੀਓਜ਼ ਆ ਉਹਦੇ ਵਿੱਚ, ਰਿਵਿਊ ਸਾਰਾ ਕੁਛ ਪਿਆ ਵੀਡੀਓ 'ਚ ਪਿਛਲੇ ਸਾਲ ਵਾਲੀ, ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਚਰੀ ਦੇ ਕੀ ਰਿਜ਼ਲਟ। ਦੋਸਤੋ ਹੁਣ ਜਿਹੜੀ ਸਭ ਤੋਂ ਜ਼ਿਆਦਾ ਅਹਿਮ ਗੱਲ ਆ ਇਹ ਆ ਵੀ ਤੁਸੀਂ ਮੱਕੀ ਬੀਜ ਲਈ, ਮੱਕੀ ਦੇ ਖਰਚ ਵੀ ਕਰ ਲਿਆ, ਪਰ ਤੁਸੀਂ ਸੈਲਜ ਆਪ ਨਹੀਂ ਪਾਉਂਦੇ, ਲੋਕਾਂ ਨੂੰ ਸਸਤੇ ਭਾਅ 'ਤੇ ਵਧਾ ਦਿੰਦੇ ਹੋ। ਮੱਕੀ ਤੁਹਾਡੇ ਖੇਤ ਦੇ ਵਿੱਚੋਂ ਬਹੁਤ ਜ਼ਿਆਦਾ ਜ਼ਰੂਰੀ ਤੱਤ ਲੈ ਜਾਂਦੀ ਆ, ਖੇਤ ਦੇ ਵਿੱਚੋਂ ਸਾਰੀ ਸ਼ਕਤੀ ਉਹਨੇ ਚੂਸ ਲੈਣੀ ਆ, ਅਤੇ ਮੱਕੀ ਉਹ ਸਾਰੇ ਤੱਤ ਲੈ ਜਾਂਦੀ ਆ, ਅਤੇ ਤੁਸੀਂ ਲੋਕਾਂ ਨੂੰ ਉਹ ਸਸਤੇ ਰੇਟ 'ਤੇ ਵਧਾ ਦਿੰਦੇ ਹੋ। ਮੱਕੀ ਨੂੰ ਤੁਸੀਂ ਇਸ ਤਰੀਕੇ ਨਾਲ ਫਸਲ ਬਣਾ ਕੇ ਨਾ ਵੇਚੋ, ਤੁਸੀਂ ਉਹਦਾ ਸੈਲਜ ਆਪ ਪਾ ਲਵੋ। ਜੇਕਰ ਤੁਸੀਂ ਹੁਣ ਕਣਕ ਦੇ ਝੋਨੇ ਦੇ ਵਿਚਕਾਰ ਪੈਸੇ ਕਮਾਉਣ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਸਿੱਧੀ ਜਿਹੀ ਗੱਲ ਆ ਮੂੰਗੀ ਦੀ ਫਸਲ ਕਰ ਸਕਦੇ ਹੋ। ਜੇਕਰ ਤੁਸੀਂ ਮੱਕੀ ਅਤੇ ਚਰੀ ਦਾ ਸੈਲਜ ਪਾਉਣ ਦੇ ਲਈ ਤੁਸੀਂ ਰਾਕਵਾ ਕਰ ਰਹੇ ਹੋ, ਜਿੰਨਾ ਵੀ ਤੁਸੀਂ ਖੇਤ ਬਿਜਾਈ ਕਰ ਰਹੇ ਹੋ ਚਰੀ ਦਾ ਜਾਂ ਮੱਕੀ ਦਾ, ਤੁਸੀਂ ਸੈਲਜ ਆਪ ਪਾਓ ਖੁਦ। ਜੇਕਰ ਤੁਹਾਡੇ ਕੋਲ 4 ਐਨੀਮਲ ਨੇ ਤਾਂ ਤੁਹਾਨੂੰ 2 ਕਿੱਲਿਆਂ ਦਾ ਚਾਰ ਚਾਹੀਦਾ ਆ, 2 ਏਕੜ ਦਾ ਚਾਰ ਤੁਸੀਂ 4 ਐਨੀਮਲਾਂ ਨੂੰ ਪਾ ਸਕਦੇ ਹੋ। ਜੇਕਰ ਤੁਹਾਡੇ ਕੋਲ 2 ਐਨੀਮਲ ਨੇ ਤਾਂ ਤੁਸੀਂ ਸਿਰਫ 1 ਏਕੜ ਦਾ ਚਾਰ ਪਾ ਸਕਦੇ ਹੋ। ਅਤੇ ਮੈਂ ਤੁਹਾਨੂੰ ਜ਼ਿਆਦਾਤਰ ਬਰਗਾਈ ਸਾਰ ਕੋ ਚਰੀ 'ਤੇ ਕਹਾਂਗਾ ਵੀ ਤੁਸੀਂ ਚਰੀ ਦਾ ਹੀ ਅਚਾਰ ਪਾਓ, ਅਤੇ ਇਹੀ ਸਭ ਤੋਂ ਜ਼ਿਆਦਾ ਬੈਟਰ ਆ। ਅਤੇ ਪਾਉਣਾ ਵੀ ਮੇਰੇ ਪਿੱਛੇ ਤੁਸੀਂ ਦੇ ਸਕਦੇ ਹੋ, ਬੈੱਡਾਂ 'ਤੇ ਬੈੱਡਾਂ 'ਤੇ ਹੀ ਤੁਸੀਂ ਬੀਜ ਬਜੀਆ ਕਰਕੇ ਸਾਰਾ ਬੈੱਡਾਂ 'ਤੇ ਹੀ ਪਾਉਣਾ ਆ, ਬੈੱਡਾਂ 'ਤੇ ਹੀ ਚੰਗੇ ਰਿਜ਼ਲਟ ਮਿਲਦੇ ਨੇ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਬਰਗਾਈ ਸਾਰਗੋ ਚਰੀ ਦੇ ਬੀਜ ਦੀ ਗੱਲ ਕਰੀਏ ਤਾਂ ਇਹ 3300 ਰੁਪਏ ਦਾ 3 ਕਿੱਲੋ ਆ ਜਾਂਦਾ ਆ, 1 ਏਕੜ ਦੇ ਵਿੱਚ 1 ਕਿੱਲੋ ਪੈਂਦਾ ਆ। ਅਤੇ ਮੱਕੀ ਦਾ ਉੱਧਰੋਂ 1844 ਬੀਜ ਆ ਜਿਹੜਾ ਅੱਜ ਕੱਲ੍ਹ ਫੇਮਸ ਆ, ਉਹ 1 ਏਕੜ ਦੇ ਵਿੱਚ ਤਕਰੀਬਨ 9 ਕਿੱਲੋ ਪੈ ਜਾਂਦਾ ਆ, ਅਤੇ ਤੁਹਾਡਾ 5,000 ਰੁਪਏ ਵਾਂਗੂ ਬੀਜ ਪੈ ਜਾਂਦਾ 1 ਏਕੜ ਦੇ ਵਿੱਚ, ਇਹ 3300 ਦਾ ਪੈਂਦਾ ਆ, ਬੀਜ ਦਾ ਹੀ 1700 ਰੁਪਏ ਦਾ ਫਰਕ ਆ। ਅਤੇ ਇਹਦੇ ਵਿੱਚ ਡਾਈ ਦਾ 1 ਬੈਗ ਪਾਉਣਾ ਆ ਤੁਸੀਂ, ਉਹ ਨੋਮੈਂਟਿਕ ਪਲਾਂਟਰ ਦੇ ਨਾਲ ਹੀ ਪਾਉਣਾ, ਕੋਈ ਛਿੱਟਾ ਨਹੀਂ ਦੇਣਾ, ਪੋਰ ਕੇ ਹੀ ਪਵੇਗਾ। ਅਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਹੋਰ ਕੋਈ ਸਮੱਸਿਆਵਾਂ ਆਉਣਗੀਆਂ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ, ਆਪਾਂ ਤੁਹਾਨੂੰ ਦੱਸਾਂਗੇ। ਅਤੇ ਤੁਸੀਂ ਬਰਗਾਈ ਸਾਰ ਕੋ ਚਰੀ ਦਾ ਹੀ ਜੇ ਸੈਲਜ ਪਾਓ ਤਾਂ ਜ਼ਿਆਦਾ ਬੈਟਰ ਆ। ਚਰੀ ਦਾ ਸੈਲਜ ਬੈਟਰ ਕਿਉਂ ਆ, ਚੰਗਾ ਕਿਉਂ ਆ, ਇਹਦੇ ਲਈ ਇਹਦੇ ਪਿੱਛੇ ਵੀ ਇੱਕ ਰਾਜ ਆ, ਕਿਉਂਕਿ ਜਿਹੜੀ ਚਰੀ ਹੁੰਦੀ ਆ ਇਹ ਪਸ਼ੂਆਂ ਦੇ ਲਈ ਮਿੱਠੀ ਹੁੰਦੀ ਆ, ਹਲਕੀ ਹੁੰਦੀ ਆ, ਮੱਕੀ ਬਹੁਤ ਹੈਵੀ ਹੋ ਜਾਂਦੀ ਆ ਅਤੇ ਉਹ ਪਾਚਨ ਕਿਰਿਆ ਦੇ ਲਈ ਇੰਨੀ ਸਹੀ ਨਹੀਂ ਹੁੰਦੀ, ਉਹਨਾਂ ਦੇ ਔਖੀ ਪਾਚਨ ਆਉਂਦੀ ਆ, ਅਤੇ ਜਿਹੜੀ ਚਰੀ ਹੁੰਦੀ ਆ ਜਲਦੀ ਹਾਜ਼ਮ ਆ ਜਾਂਦੀ ਆ, ਮਿੱਠੀ ਹੁੰਦੀ ਆ ਅਤੇ ਗੰਨੇ ਵਾਂਗੂ ਸਵਾਦ ਵੀ ਹੁੰਦੀ ਆ।
ਜੇਕਰ ਤੁਸੀਂ ਚਰੀ ਦਾ ਸੈਲਜ ਪਾ ਰਹੇ ਹੋ ਤਾਂ ਤੁਹਾਡੇ ਪਸ਼ੂ ਜ਼ਿਆਦਾ ਉਹਨੂੰ ਖੁਸ਼ ਹੋ ਕੇ ਖਾਣਗੇ ਅਤੇ ਜਲਦੀ ਤੁਹਾਨੂੰ ਜ਼ਿਆਦਾ ਦੁੱਧ ਦੀ ਆਉਟਪੁੱਟ ਵੀ ਮਿਲੇਗੀ। ਅਤੇ ਜਿਹੜਾ ਆਪਾਂ ਪਸ਼ੂਆਂ ਦੇ ਲਈ ਦੂਜਾ ਹਰੇ ਚਾਰੇ ਬੀਜਦੇ ਹਾਂ, ਆਪਾਂ ਜ਼ਿਆਦਾਤਰ 1 ਮਹੀਨੇ ਦਾ ਵੱਡਾ ਲਾ ਲੈਂਦੇ ਹਾਂ ਉਹਨੂੰ, ਉਹ ਜ਼ਿਆਦਾ ਕੱਚਾ ਹੀ ਪਾਇਆ ਜਾਂਦਾ ਅਤੇ ਉਹਦੇ ਰਿਜ਼ਲਟ ਨਹੀਂ ਮਿਲਦੇ, ਜਾਂ ਜ਼ਿਆਦਾ ਪੱਕੜ ਹੋ ਜਾਂਦਾ ਆ ਉਹਦੇ ਰਿਜ਼ਲਟ ਨਹੀਂ ਮਿਲਦੇ। ਪਰ ਜਦੋਂ ਆਪਾਂ ਇੱਕ ਵੱਡੇ ਖੇਤ ਵਿੱਚ ਇੱਕੋ ਸਮੇਂ ਕਟਾਈ ਕਰਾਂਗੇ, 80 ਤੋਂ 85 ਦਿਨਾਂ ਦੀ ਕਟਾਈ ਕਰਾਂਗੇ, ਹੈ ਨਾ, ਅਤੇ ਫਿਰ ਉਹ 80 ਤੋਂ 85 ਦਿਨ ਵਾਲਾ ਆਪਣਾ ਇੱਕ ਸਮੇਂ 'ਤੇ ਹੀ ਸਟੋਰ ਹੋ ਜਾਵੇਗਾ ਅਤੇ ਜਿਹੜੀ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਉਹ ਸਹੀ ਐਨ ਪੂਰੀ ਸਹੀ ਸਮੇਂ 'ਤੇ ਸਟੋਰ ਹੋ ਜਾਵੇਗੀ, ਜਿਹੜੀ ਕਿ ਆਉਟਪੁੱਟ ਜ਼ਿਆਦਾ ਮਿਲਦੀ ਆ। ਅਤੇ ਦੋਸਤੋ, ਚਰੀ ਵੀ ਤੁਸੀਂ ਸੁਪਰ ਸੀਡਰ ਨਾਲ ਵੀ ਬਿਜਾਈ ਕਰ ਸਕਦੇ ਹੋ, ਆਪਣੀ ਜਿਹੜੀ ਡਰਿੱਲ ਮਸ਼ੀਨ ਹੁੰਦੀ ਆ ਕਣਕ ਬੀਜਣ ਵਾਲੀ ਉਹਦੇ ਨਾਲ ਵੀ ਬਿਜਾਈ ਕਰ ਸਕਦੇ ਹੋ, ਪਰ ਮੈਂ ਤੁਹਾਨੂੰ ਸੁਝਾਅ ਦੇਵਾਂਗਾ ਤੁਸੀਂ ਰੋਮੈਂਟਿਕ ਪਲਾਂਟਰ ਨਾਲ ਹੀ ਬਿਜਾਈ ਕਰੋ। ਆਓ ਤੁਹਾਨੂੰ ਖੇਤ ਦੇ ਵਿੱਚ ਆਪਾਂ ਦਿਖਾਉਂਦੇ ਹਾਂ ਇਸ ਤਰੀਕੇ ਨਾਲ ਬਿਜਾਈ ਕਰਤੀ। ਦੋਸਤੋ, ਤੁਸੀਂ ਇਸ ਤਰੀਕੇ ਦੇ ਨਾਲ ਚਰੀ ਦੀ ਬਿਜਾਈ ਕਰ ਸਕਦੇ ਹੋ, ਜਿਵੇਂ ਕਿ ਆ ਰੋਮੈਂਟਿਕ ਪਲਾਂਟਰ ਨਾਲ ਖੇਤ ਵਿੱਚ ਕਰੀ ਹੋਈ ਆ, ਇਹਦੇ ਵਿੱਚ ਖਾਲ ਪਾਏ ਹੋਏ ਨੇ, ਖਾਲ ਤੋਂ ਇੱਧਰ ਨੂੰ ਕਿਆਰੇ ਬਣਾ ਕੇ ਤੁਸੀਂ ਬਿਜਾਈ ਕਰ ਸਕਦੇ ਹੋ। ਅਤੇ ਇਹ ਜਿਹੜੀ ਬਿਜਾਈ ਆ ਇਹਦੇ ਰਿਜ਼ਲਟ ਜ਼ਿਆਦਾ ਮਿਲਣਗੇ, ਤੁਹਾਡਾ 3 ਕਿਲੋ ਹੀ ਬੀਜ ਪਵੇਗਾ ਏਕੜ ਦੇ ਵਿੱਚ ਰੋਮੈਂਟਿਕ ਪਲਾਂਟਰ ਦੇ ਨਾਲ। ਅਤੇ ਸਿਆੜ ਤੋਂ ਸਿਆੜ ਦੀ ਦੂਰੀ ਹੈਗੀ ਆ 2 ਫੁੱਟ, ਅਤੇ ਦਾਣੇ ਤੋਂ ਦਾਣੇ ਦੀ ਜਿਹੜੀ ਦੂਰੀ ਹੋਵੇਗੀ ਉਹ 3 ਤੋਂ 4 ਇੰਚ ਹੋਵੇਗੀ। ਚਰੀ ਦਾ ਬੀਜ ਛੋਟਾ ਹੁੰਦਾ ਆ ਮੱਕੀ ਦੇ ਮੁਕਾਬਲੇ, ਇਹ ਬੀਜ ਵੱਧ ਪੈ ਜਾਂਦਾ ਆ ਗਿਣਤੀ ਦੇ ਵਿੱਚ, ਵੱਧ ਪੈ ਜਾਂਦਾ ਹੈ ਮੱਕੀ ਦਾ ਬੀਜ ਗਿਣਤੀ ਦੇ ਵਿੱਚ ਘੱਟ ਪੈਂਦਾ ਆ, ਤਾਂ ਕਰਕੇ ਮੱਕੀ ਦੇ ਜਿਹੜਾ ਦਾਣੇ ਤੋਂ ਦਾਣੇ ਦੀ ਜਿਹੜੀ ਦੂਰੀ ਹੁੰਦੀ ਆ ਉਹ 5 ਇੰਚ ਤੱਕ ਹੋ ਜਾਂਦੀ ਆ, ਪਰ ਚਰੀ ਦੇ ਵਿੱਚ 3 ਇੰਚ ਤੱਕ ਹੀ ਹੋਵੇਗੀ। ਅਤੇ ਚਰੀ ਤੁਹਾਡੀ ਵਧੀਆ ਗਰੋਥ ਕਰੇਗੀ, ਇਹ ਬੈੱਡਾਂ ਦੇ ਉੱਪਰ ਤੁਹਾਡਾ ਪਾਣੀ ਵੀ ਘੱਟ ਲੱਗੇਗਾ ਅਤੇ ਤੁਹਾਡੀ ਜਿਹੜੀ ਚਰੀ ਦੀ ਜ਼ਮੀਨ ਦੇ ਵਿੱਚ ਉੱਗਣ ਦੀ ਜਿਹੜੀ ਸ਼ਕਤੀ ਹੁੰਦੀ ਆ ਬੈੱਡਾਂ ਦੇ ਉੱਪਰ ਜ਼ਿਆਦਾ ਵਧੇਗੀ। ਦੋਸਤੋ, ਇੱਕ ਹੋਰ ਅਹਿਮ ਗੱਲ, ਜਿਹੜੇ ਕਿਸਾਨ ਭਰਾਵਾਂ ਨੇ ਕਣਕ ਵਿੱਚ ਗੁੱਲੀ ਡੰਡੇ ਦੀ ਸਪਰੇਅ ਲੀਡਰ ਕਰੀ ਹੋਈ ਆ, ਲੀਡਰ ਸਪਰੇਅ ਵਾਲੇ ਉੱਥੇ ਮੱਕੀ ਦੀ ਬਿਜਾਈ ਨਾ ਕਰਿਓ, ਕਿਉਂਕਿ ਜਿਹੜਾ ਲੀਡਰ ਦਾ ਸ਼ਾਲਟ ਹੈ ਮੱਕੀ ਨੂੰ ਅੱਗੇ ਨਹੀਂ ਤੁਰਨ ਦਿੰਦਾ। ਜੇਕਰ ਤੁਸੀਂ ਉੱਥੇ ਮੱਕੀ ਬੀਜ ਵੀ ਦਿੱਤੀ, ਹਰੀ ਹੋ ਜਾਵੇਗੀ, ਜ਼ਰੂਰ ਚੱਲ ਪਵੇਗੀ, 20 ਕੁ ਦਿਨਾਂ ਬਾਅਦ ਦੁਬਾਰੇ ਧਰਤੀ ਨੂੰ ਫਿਰ ਲੱਗ ਜਾਵੇਗੀ, ਇਸ ਲਈ ਉੱਥੇ ਮੱਕੀ ਦੀ ਬਿਜਾਈ ਨਾ ਕਰਿਓ। ਤੁਹਾਡੀ ਬਰਗਾਈ ਸਰਗੋ ਦੀ ਬਿਜਾਈ ਜ਼ਰੂਰ ਹੋ ਜਾਵੇਗੀ, ਮੂੰਗੀ ਦੀ ਬਿਜਾਈ ਹੋ ਜਾਵੇਗੀ, ਹੋਰ ਸਾਰੀਆਂ ਫਸਲਾਂ ਹੋ ਜਾਣਗੀਆਂ, ਲੀਡਰ ਵਾਲੀ ਜਗ੍ਹਾ 'ਤੇ ਮੱਕੀ ਨਾ ਕਰਿਓ। ਦੋਸਤੋ, ਤੁਸੀਂ ਨੇ ਮੱਕੀ ਦੇ ਬੀਜ ਬਾਰੇ ਪੁੱਛਿਆ ਜੀ, ਜੇ ਪੈਨੀਅਰ ਦਾ 1844 ਨਾ ਮਿਲੇ ਤਾਂ ਹੋਰ ਕਿਹੜੇ ਕਿਹੜੇ ਬਿਜਾਈ ਕਰੀ ਜਾਵੇ? ਪੈਨੀਅਰ ਦਾ ਹੈਗਾ 3396 ਵੀ, ਉਹ ਵੀ ਬਹੁਤ ਵਧੀਆ ਆ, ਅਤੇ ਸੰਜੈਂਟਾ ਦਾ ਹੈਗਾ 7050 ਵੀ ਹੈਗਾ, ਉਹ ਵੀ ਬਹੁਤ ਵਧੀਆ ਆ, ਜਾਂ ਫਿਰ ਗ੍ਰੀਨ ਲੈਣ ਵਾਲਿਆਂ ਦਾ 3131 ਨੰਬਰ ਨਵਾਂ ਵੀ ਆਇਆ, ਗ੍ਰੀਨ ਲੈਣ ਦਾ 3131, ਇਹਦੀ ਵੀ ਤੁਸੀਂ ਬਿਜਾਈ ਕਰ ਸਕਦੇ ਹੋ। ਸ਼੍ਰੀ ਰਾਮ ਦੇ ਵੀ ਆਉਂਦੇ ਨੇ, ਬੀਜ ਬਹੁਤ ਆਉਂਦੇ ਨੇ, ਪਰ ਜ਼ਿੰਮੇਵਾਰ ਬੰਦੇ ਤੋਂ ਹੀ ਖਰੀਦੋ ਜਿਹੜਾ ਗਰੰਟਡ ਹੋਵੇ। ਦੋਸਤੋ, ਚਾਹੇ ਤੁਸੀਂ ਚਰੀ ਬੀਜ ਰਹੇ ਹੋ, ਚਾਹੇ ਤੁਸੀਂ ਮੱਕੀ ਬੀਜ ਰਹੇ ਹੋ, ਬੈੱਡਾਂ ਦੇ ਉੱਪਰ ਜਦੋਂ ਬੀਜ ਰਹੇ ਹੋ ਤਾਂ ਤੁਸੀਂ 2 ਪਾਣੀਆਂ ਤੋਂ ਬਾਅਦ ਇਹਦੇ ਉੱਪਰ ਕੱਖਾਂ ਵਾਲੀ ਸਪਰੇਅ ਜ਼ਰੂਰ ਕਰਨੀ ਆ। ਕੱਖ ਵਾਲੀ ਸਪਰੇਅ ਤੁਸੀਂ ਅਲਟਰਾਜਿਨ ਵੀ ਕਰ ਸਕਦੇ ਹੋ, ਜਾਂ ਲੋਟਸ ਦਵਾਈ ਆਉਂਦੀ ਆ ਵੇਅਰ ਕੰਪਨੀ ਦੀ ਉਹ ਵੀ ਕਰ ਸਕਦੇ ਹੋ, ਲੋਟਸ ਬਹੁਤ ਮਹਿੰਗੀ ਪੈ ਜਾਂਦੀ ਆ, ਜੇਕਰ ਜ਼ਿਆਦਾ ਕੱਖ ਹੋ ਜਾਣ ਤਾਂ ਲੋਟਸ ਕਰਨਾ, ਜੇ ਘੱਟ ਕੱਖ ਹੁੰਦੇ ਨੇ ਤਾਂ ਤੁਸੀਂ ਅਲਟਰਾਜਿਨ ਵਗੈਰਾ ਵੀ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਮੱਛਰ ਵਗੈਰਾ ਦੀ ਸਪਰੇਅ ਵੀ ਕਰਨੀ ਆ, ਕਲੋਰੋ ਹੋ ਜਾਵੇਗੀ, ਅਤੇ ਉਸ ਤੋਂ ਬਾਅਦ ਜਿਉਂ ਜਿਉਂ ਇਹ ਵੱਡੀ ਹੋਵੇਗੀ ਤਾਂ ਇਹਦੀ ਸਮੇਂ ਤੋਂ ਸਮੇਂ ਸਿਰ ਸੰਭਾਲ ਕਰਨੀ ਬਹੁਤ ਹੀ ਜ਼ਰੂਰੀ ਆ, ਕਿਉਂਕਿ ਆਹ ਦਿਨਾਂ ਦੇ ਵਿੱਚ ਟੈਂਪਰੇਚਰ ਹਾਈ ਹੋਣ ਕਰਕੇ ਇਹ ਜਿਹੜੀਆਂ ਜਿਹੜੇ ਹੁਣ ਵਾਲੇ ਹਰੇ ਚਾਰੇ ਹੁੰਦੇ ਨੇ ਇਹਨਾਂ ਨੂੰ ਸੁੰਡੀ ਵਧੇਰੇ ਮਾਤਰਾ ਵਿੱਚ ਪੈਂਦੀ ਆ। ਸੁੰਡੀ ਦੇ ਲਈ ਬਹੁਤ ਕੰਪਨੀ ਨੇ ਵੱਖੋ ਵੱਖਰੀਆਂ ਦਵਾਈਆਂ ਦਿੱਤੀਆਂ ਨੇ, ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿਹੜੀਆਂ ਕਿਹੜੀਆਂ ਤੁਸੀਂ ਕਰਿਓ, ਅਤੇ ਇਹਦੇ ਉੱਤੇ ਖਰਚਾ ਕਰਨ ਦਾ ਤੁਸੀਂ ਕੁਝ ਤੋਂ ਵੀ ਹੱਥ ਨਾ ਘੁੱਟਿਓ, ਕਿਉਂਕਿ ਜਿਹੜਾ ਹੁਣ ਵਾਲੇ ਹਰੇ ਚਾਰੇ 'ਤੇ ਖਰਚਾ ਬਹੁਤ ਹੁੰਦਾ ਆ, ਪਰ ਜੇਕਰ ਤੁਸੀਂ ਇੱਕ ਵਾਰੀ ਖਰਚਾ ਕਰ ਦਿੱਤਾ ਤਾਂ ਤੁਹਾਨੂੰ ਆਉਟਪੁੱਟ ਜ਼ਰੂਰ ਮਿਲੇਗੀ। ਤਾਂ ਇਸ ਕਰਕੇ ਤੁਸੀਂ ਇਸਦਾ ਜਿਹੜਾ ਸੈਲਜ ਆ ਆਪਦੇ ਪਸ਼ੂਆਂ ਲਈ ਜ਼ਰੂਰ ਤਿਆਰ ਕਰੋ। ਜੇਕਰ ਤੁਹਾਡੇ ਕੋਲ 4 ਐਨੀਮਲ ਨੇ ਤਾਂ 4 ਐਨੀਮਲ ਦੇ ਲਈ ਤੁਸੀਂ 2 ਏਕੜ ਸੈਲਜ ਜ਼ਰੂਰ ਤਿਆਰ ਕਰੋ।